अगर आपने अभी तक हमारा चैनल सब्सक्राइब नहीं किया तो अभी सब्सक्राइब करें। पर्चियाँ कटन गए उसे पर्चियाँ कटन नहीं 10 पर्चियाँ हजे कटिया है तो इन्नी देर उ रौला पै गया। रौला पिया जदों कि उन्होंने कहा कि साडा मतलब कणक अही लैनी है जी, तो अभी उन्होंने कहा कि ता कणक जड़े आए कि जोड़े लड़े साढ़े कि उन्होंने कहा ता लिस्ट के नाम है नहीं गा। वो कहें जी लिस्ट के नाम है नहीं गा, क्यों नहीं है तो किसी तरह डीपू बंद करा देंगे, यूं कर देंगे, तो साड़ी पहुँच बहुत आई क्या हत्ती पे। इन्नी देर उन्होंने नाल जो लेडीज़ के नाल मुंडे ही उन्होंने आकर चाचा जी के छाती के घसौन मारे, दो नाम भी चाचा जी अनिल महाज उन्होंने घसौन मारे। इन्नी देर चाचा जी डिगे, इन्नी देर उन्होंने दस्ते क्ढे कही थे, जो दस्ते क्ढे है कि उस तो बाद चाचा जी नहीं उठे उस बल लड़ाई होता। मेन कारण कि कणक दौ सन कणक लिस्ट में नाम है नहीं है, कणक अभी सरकार का नाम कि दे देंगे, जो नाम है अभी वही दे सकते। वो है भाई तीन कहने है की मांग है पुलिस प्रशासन को, ਅਸੀਂ ਇਹ ਕਹਿੰਦੇ ਹਾਂ ਕਿ ਸਾਨੂੰ ਇਨਸਾਫ ਦਿਓ। ਉੱਥੇ ਵੀ ਪਰਚੀਆਂ ਕੱਟਣ ਗਏ ਸੀਗੇ ਨਾਲੇ, ਮੈਂ ਇਹਨਾਂ ਦੇ ਕੌਣ ਗਏ ਸੀਗੇ? ਇਹ ਵੀ ਸਾਰੇ ਮੈਂ ਵੀ ਨਾਲ ਸੀ। ਕਿੱਥੇ ਗਏ ਸੀਗੇ? ਲਾਲਾਂ ਦੀ ਸਰਕਾਰਾਂ ਦੇ ਸਾਹਮਣੇ ਲੰਗਰ ਹਾਲ 'ਚ। ਕਾਹਦੀਆਂ ਪਰਚੀਆਂ? ਕਣਕ ਦੀਆਂ ਜੀ। ਅੱਛਾ, 10 ਕੁ ਪਰਚੀਆਂ ਇਹਨਾਂ ਨੇ ਕੱਟੀਆਂ। ਇੱਕ ਲੇਡੀ ਆਈ, ਉਹਨਾਂ ਦਾ ਨਾਂ ਹੈਨੀ ਸੀ ਪਹਿਲਾਂ ਵੀ, ਅਤੇ ਹੁਣ ਵੀ ਇਹਨਾਂ ਨੂੰ ਕਿਹਾ ਵੀ ਤੁਹਾਡੀ ਪਰਚੀ ਨਾਂ ਹੈਨੀ ਆ, ਉੱਥੇ ਫਿੰਗਰ ਧੜੇ ਨਹੀਂ ਆਉਂਦੇ। ਇਹਨਾਂ ਨੇ ਆਪਣੇ ਮੁੰਡੇ ਸਾਦੇ ਕੇ ਉੱਥੇ ਦਸਤੇ ਉਹਨਾਂ ਦੇ ਹੱਥ ਹੀ ਦੋਨਾਂ ਦੇ, ਅਤੇ ਆਉਂਦੇ ਉਹਨੂੰ ਮਾਰਕੋਟ ਕਰਤੇ ਡੀਪੂ ਵੱਲ। ਕਿੰਨੇ ਕੁ ਬੰਦੇ ਸੀ? ਤਿੰਨ ਜੀ ਆਪਸੀ ਉਹ ਲੇਡੀ ਆ, ਦੋਨੇ ਮੁੰਡੇ, ਚੌਥਾ ਇੱਕ ਹੋਰ ਸੀ, ਚਾਰ ਜਣੇ ਸੀ। ਅੱਛਾ, ਫਿਰ ਆਉਂਦੇ ਨੇ ਕੁੱਟ ਮਾਰ ਕੇ, ਅਤੇ ਦੋਨਾਂ ਦੇ ਦੋਸਤੇ ਮੈਂ ਗਏ ਉਹਨਾਂ ਦੇ ਮੁੰਡਿਆਂ ਨੂੰ ਭਜਾਇਆ ਉਹਨਾਂ ਨੂੰ, ਉਹਨਾਂ ਨੇ ਨਹੀਂ ਤਾਂ ਸਾਰਿਆਂ ਦੇ ਸਿਰ ਪਾੜ ਦੇਣੇ ਉਹਨਾਂ ਨੇ। ਇਹਦੇ ਅਨਿਲ ਮਹਾਜਨ ਵਾਲੀ ਟੀਮ ਦਾ ਕੰਮ ਕਰਦੇ ਨੇ, ਦਸ ਉਹਨਾਂ ਦੇ ਨਾਮ ਬ੍ਰਦਰ ਵੀ ਹੈਗੇ ਨੇ, ਵਿਜੇ ਕੁਮਾਰ ਮਹਾਜਨ। ਇਹ ਬੇਸਿਕਲੀ ਉੱਥੇ ਡਿਪੂ ਜਿਹੜੀ ਆਪਣੇ ਪੀਡੀਐਸ ਦੀ, ਜਿਹੜੀ ਪੀਡੀਐਸ ਦੀ ਕਣਕ ਦੀ ਆ ਉਹਦੀਆਂ ਪਰਚੀਆਂ ਵੰਡਦੇ ਸੀਗੇ, ਜਿੱਥੇ ਆਪਣੇ ਦੌਤਰਾਮ ਹੋਣਗਾ ਹੈਗਾ ਮਿਲਾ, ਉਹਦੇ ਉਹਦੀ ਵਾਈਫ ਸੀਗੀ, ਉਹਦੇ ਦੋ ਬੱਚੇ, ਜਾਂ ਕੋਈ ਇਹਨਾਂ ਨੂੰ ਬੈਸਣ ਲੱਗ ਪਏ ਵੀ ਜੂਨ ਸਾਰੀ ਪਰਚੀਆਂ ਦੇ ਝਗੜੇ ਤੋਂ, ਇਸੇ ਕਰਕੇ ਇਹਨਾਂ ਦਾ ਆਪਸ ਨਾਂ ਕਿ ਹੱਥਬਾਈ ਹੋਈ, ਜਿਹਦੇ ਕਰਕੇ ਉੱਥੇ ਡੈਥ ਹੋ ਗਈ। ਸਰ ਕਿੰਨੇ ਕੁ ਵਜੇ ਦੀ ਘਟਨਾ? ਇਹ ਕੋਈ 11:30 ਵਜੇ ਈਸਟਰਨ ਟਾਈਮ ਹੈਗਾ। ਸਰ ਲੜਾਈ ਹੋਣ ਦਾ ਮੇਨ ਕਾਰਨ ਕੀ ਸੀ? ਮੇਨ ਇਹ ਸੀ ਵੀ ਇਹਨਾਂ ਦੀ ਅਲੀਗੇਸ਼ਨ ਆਪਣੀ ਸਰਕਾਰ ਦੀ ਪਰਚੀ ਹੈ, ਕਾਰਨ ਸਾਨੂੰ ਪਰਚੀ ਨਹੀਂ ਮਿਲਣੀ। ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਇਹਨਾਂ ਦੇ ਬਿਆਨ ਲੈ ਲਏ ਨੇ ਉਸ ਬੰਦੇ ਰਜਿਸਟਰ ਕਰਕੇ, ਕਿੰਨੇ ਦੋਸ਼ੀ ਸੀ? ਇਸ ਟੋਟਲ ਦੋ ਬੱਚੇ ਤੇ ਇੱਕ ਮੁੰਡਾ ਨਾਲ ਹੋ ਸਕੇ, ਚਾਰ ਜਣੇ।